ਪੱਕੇ ਤੁਹਾਨੂੰ ਕਰਨ ਲੱਗਿਆ, ਪਰ 3 ਸਾਲ ਤੁਹਾਨੂੰ ਤਨਖਾਹ ਅਸੀਂ ਦੇਣੀ ਆ 15,000, ਮਤਲਬ ਕਿ ਜਿਹੜਾ 20,000 ਕੇਂਦਰ ਤੋਂ ਆਇਆ ਉਹਦੇ ਵਿੱਚੋਂ ਵੀ 5,000 ਰੁਪਏ ਦੀ ਠੱਗੀ ਮਾਰ ਲਈ ਪੰਜਾਬ ਸਰਕਾਰ ਨੇ। ਅਧਿਆਪਕਾਂ ਦੇ ਹੱਕ ਚ ਸਿਮਰਜੀਤ ਸਿੰਘ ਬੈਂਸ, ਐਡੀ ਸਰਕਾਰ ਹੰਕਾਰੀ ਹੋ ਗਈ ਵੀ ਲਓ ਜਿਹੜਾ ਸਾਡੇ ਨਾਦਰਸ਼ਾਹੀ ਫਰਮਾਨ ਦੇ ਉਲਟ ਕੋਈ ਗੱਲ ਕਰੇਗਾ, ਸਾਡੀ ਲੁੱਟ ਖਸੁੱਟ ਦੇ ਉਲਟ ਕੋਈ ਬੋਲੇਗਾ ਤੇ ਉਹਦਾ ਅਸੀਂ ਸਲੂਕ ਇਹ ਕਰਾਂਗੇ ਵੀ ਉਹਨੂੰ ਨੌਕਰੀ ਤੋਂ ਹੱਥ ਧੋਣੇ ਪੈ ਜਾਣਗੇ। ਕੈਪਟਨ ਸਰਕਾਰ ਦੇ ਨਾਦਰਸ਼ਾਹੀ ਫਰਮਾਨ ਦਾ ਕੀਤਾ ਵਿਰੋਧ, ਹਰ ਘਰ ਨੌਕਰੀ ਦੇ ਵਾਅਦੇ ਕਰਨ ਵਾਲੀ ਕੈਪਟਨ ਸਰਕਾਰ ਅਧਿਆਪਕਾਂ ਦੇ ਮੋਰਚੇ ਨੂੰ ਲੈ ਕੇ ਕਸੂਤੀ ਫਾਸਦੀ ਜਾਰੀ ਹੈ। ਅਧਿਆਪਕਾਂ ਦੇ ਹੱਕ 'ਚ ਹੁਣ ਲੋਕ ਇਨਸਾਫ਼ ਪਾਰਟੀ ਸੁਪਰੀਮੋ ਸਿਮਰਜੀਤ ਸਿੰਘ ਬੈਂਸ ਵੀ ਖੜ੍ਹੇ ਹੋ ਗਏ ਨੇ। ਬੈਂਸ ਨੇ ਕੈਪਟਨ ਸਰਕਾਰ ਨੂੰ ਵੰਗਾਰਦਿਆਂ ਕਿਹਾ ਕਿ ਸਰਕਾਰ ਨੌਕਰੀ ਦੇਣ ਦੀ ਥਾਂ ਉਲਟਾ ਨੌਕਰੀ ਕਰ ਰਹੇ ਅਧਿਆਪਕਾਂ ਦੇ ਨਾਲ ਧੱਕਾ ਕਰ ਰਹੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਬੈਂਸ ਦੀ ਜ਼ੁਬਾਨੀ ਸੁਣੋ, ਅਧਿਆਪਕਾਂ ਦੇ ਨਾਲ ਧੱਕੇਸ਼ਾਹੀ ਦਾ ਪੂਰਾ ਤਾਣਾ ਬਣਾ। ਸਤਿ ਸ਼੍ਰੀ ਅਕਾਲ ਦੋਸਤੋ, ਸਿਮਰਜੀਤ ਬੈਂਸ। ਬੜਾ ਅਫਸੋਸ ਹੁੰਦਾ ਜਦੋਂ ਸਮੇਂ ਦੀਆਂ ਹਕੂਮਤਾਂ ਕੀਤੇ ਹੋਏ ਵਾਅਦਿਆਂ ਤੋਂ ਮੁੱਕਰ ਜਾਂਦੀਆਂ ਨੇ। ਬੜਾ ਅਫਸੋਸ ਇਸ ਗੱਲ ਦਾ ਹੋਇਆ ਕਿ ਜਿਹੜੇ ਸਾਡੇ ਟੀਚਰ ਸਾਹਿਬਾਨ, ਅਧਿਆਪਕ ਸਾਹਿਬਾਨ, ਜਿਨ੍ਹਾਂ ਨੂੰ ਅਸੀਂ ਨੇਸ਼ਨ ਬਿਲਡਰ ਕਹਿ ਦਿੰਦੇ ਹਾਂ, ਸੋ ਨੇਸ਼ਨ ਬਿਲਡਰ ਅੱਜ ਧਰਨਿਆਂ ਦੇ ਉੱਤੇ ਬੈਠੇ ਆ, ਮੰਤਰੀਆਂ ਦੇ ਘਰਾਂ ਦੇ ਅੱਗੇ ਆਪਣੇ ਬਾਲ ਬੱਚੇ ਲੈ ਕੇ ਜਾ ਰਹੇ ਆ। ਸੋ ਪੰਜਾਬ ਦੇ ਹਾਲਾਤ ਕਿੱਧਰ ਨੂੰ ਤੁਰ ਪਏ? ਇਹ ਕਾਂਗਰਸ ਦੀ ਹਕੂਮਤ ਬਣਨ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਜੀ ਬਕਾਇਦਾ ਤੌਰ 'ਤੇ ਦਸਤਾਂ ਵਾਲਾ, ਕੈਪਟਨ ਸਾਹਿਬ ਦੇ ਸਾਈਨਾਂ ਵਾਲਾ ਇੱਕ ਪੇਪਰ ਹਰ ਘਰ ਗਿਆ, ਹਰ ਘਰ ਨੌਕਰੀ। ਜਿਹੜੇ ਘਰ ਦੇ ਵਿੱਚ ਪੁੱਤ ਨਹੀਂ ਹੈਗਾ ਅਤੇ ਉੱਥੇ ਅਸੀਂ ਧੀ ਨੂੰ ਨੌਕਰੀ ਦੇਵਾਂਗੇ। ਅਤੇ ਅੱਜ ਜਿਹੜੀਆਂ ਪਹਿਲਾਂ ਤੋਂ ਨੌਕਰੀਆਂ ਸਰਕਾਰੀ ਹੈਗੀਆਂ ਅਤੇ ਉਹਨਾਂ ਨੂੰ ਕੱਢਣ 'ਤੇ ਕੈਪਟਨ ਸਰਕਾਰ ਨੇ ਲੱਕ ਬੰਨਿਆ ਹੋਇਆ। ਸਭ ਤੋਂ ਪਹਿਲਾਂ ਤਾਂ ਆਂਗਨਵਾੜੀ ਵਾਲੀਆਂ ਕਾਰਯੋਗ ਸਾਡੀਆਂ ਭੈਣਾਂ, ਬੱਚੀਆਂ, ਧੀਆਂ ਆ ਗਈਆਂ, ਤਕਰੀਬਨ 52-53 ਹਜ਼ਾਰ ਦੇ ਕਰੀਬ ਪੰਜਾਬ ਦੇ ਅੰਦਰ ਉਹਨਾਂ ਦੀ ਗਿਣਤੀ ਆ। ਪਹਿਲੀ ਗਾਜ ਉਹਨਾਂ 'ਤੇ ਗਿਰੀ, ਉਹ ਤਾਂ ਉਹ ਅੰਦੋਲਨ ਨਾ ਕਰਦੀਆਂ, ਮੀਡੀਆ ਉਹਨਾਂ ਦੀ ਸਪੋਰਟ ਨਾ ਕਰਦਾ, ਅਤੇ ਮੇਰਾ ਖਿਆਲ ਉਹਨਾਂ ਦਾ ਬੋਰੀਆ ਬਿਸਤਰਾ ਇਸ ਸਰਕਾਰ ਨੇ ਪਰਮਾਨੈਂਟ ਗੋਲ ਕਰਤਾ ਸੀ। ਅਤੇ ਹੁਣ ਹੈਰਾਨਗੀ ਇਸ ਗੱਲ ਦੀ ਹੁੰਦੀ ਹੈ ਕਿ ਟੀਚਰ ਸਾਹਿਬਾਨ ਜਿਹੜੇ ਤਕਰੀਬਨ 8,800 ਦੀ ਗਿਣਤੀ ਹੈਗੀ ਟੀਚਰਾਂ ਦੀ, 42,500 ਰੁਪਈਆ ਤਨਖਾਹ ਦੇ ਉੱਤੇ ਉਹ ਕੰਮ ਕਰ ਰਹੇ ਆ। ਕੈਬਨਿਟ ਦੀ ਮੀਟਿੰਗ ਹੁੰਦੀ ਹੈ, ਪਹਿਲਾਂ ਇੱਕ ਕੈਬਨਿਟ ਦੀ ਮੀਟਿੰਗ ਹੋਈ 15-20 ਦਿਨ ਪਹਿਲਾਂ, ਉਹਦੇ 'ਚ ਇੱਕ ਆਇਆ ਵੀ ਇਹ ਸਾਰੇ ਅਸੀਂ ਰੈਗੂਲਰ ਕਰ ਰਹੇ ਹਾਂ, ਫਿਰ ਉਹ ਦੂਸਰੇ ਤੀਸਰੇ ਦਿਨ ਉਹ ਫੈਸਲਾ ਇਹਨਾਂ ਨੂੰ ਵਾਪਸ ਲੈਣਾ ਪਿਆ, ਕਹਿੰਦਾ ਜੀ ਕੋਈ ਕਾਨੂੰਨੀ ਅੜਕਾ ਆ ਗਿਆ। ਹੁਣ ਵਾਲੀ ਕੈਬਨਿਟ ਦੀ ਮੀਟਿੰਗ ਦੇ ਵਿੱਚ 42,500 ਰੁਪਈਆ ਤਨਖਾਹ ਲੈਂਦੇ ਅਧਿਆਪਕਾਂ ਨੂੰ, ਸਾਡੇ ਨੇਸ਼ਨ ਬਿਲਡਰ ਨੂੰ, 15,000 'ਤੇ ਲੈ ਗਏ। ਹੈਰਾਨੀ ਦੀ ਗੱਲ ਉਹਦੇ 'ਚ ਦੇਖੋ ਅਸੀਂ ਕਿੰਨੀ ਹੈ। ਇਹਦੇ ਵਿੱਚ 20,000 ਰੁਪਈਆ ਮੈਚਿੰਗ ਗ੍ਰਾਂਟ ਸਰਵ ਸਿੱਖਿਆ ਅਭਿਆਨ ਕੇਂਦਰ ਸਰਕਾਰ ਵੱਲੋਂ ਆਉਂਦੀ ਹੈ। ਮਤਲਬ ਕਿ ਟੀਚਰ ਕਹਿੰਦੇ ਅਸੀਂ ਤੁਹਾਨੂੰ ਪੱਕੇ ਕਰਨ ਲੱਗੇ, ਜਿਹੜਾ 42,500 ਤੁਸੀਂ ਲੈਂਦੇ ਸੀ, ਜਿਹਦੇ ਵਿੱਚ 20,000 ਕੇਂਦਰ ਦਾ, 22,500 ਰੁਪਈਆ ਪੰਜਾਬ ਦੀ ਹਕੂਮਤ ਦਾ, ਪੱਕੇ ਤੁਹਾਨੂੰ ਕਰਨ ਲੱਗਿਆ, ਪਰ 3 ਸਾਲ ਤੁਹਾਨੂੰ ਤਨਖਾਹ ਅਸੀਂ ਦੇਣੀ ਆ 15,000, ਮਤਲਬ ਕਿ ਜਿਹੜਾ 20,000 ਕੇਂਦਰ ਤੋਂ ਆਇਆ ਉਹਦੇ ਵਿੱਚੋਂ ਵੀ 5,000 ਰੁਪਈਏ ਦੀ ਠੱਗੀ ਮਾਰ ਲਈ ਪੰਜਾਬ ਸਰਕਾਰ ਨੇ। ਅਤੇ ਉਸ ਤੋਂ ਬਾਅਦ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਮੈਂ ਟੀਚਰ ਸਾਥੀਆਂ ਦਾ, ਜਿਹੜੇ ਜਾਂ ਸਾਡੇ ਸਤਿਕਾਰਯੋਗ ਜਿਹੜੇ ਕੋਈ ਅਵੇਅਰਡ ਨਵੇਂ ਭਰਤੀ ਹੋਏ ਸਰਕਾਰੀ ਮੁਲਾਜ਼ਮ ਹੈਗੇ ਆ, ਬੜਾ ਨੌਜਵਾਨ ਵਰਗ ਜਿਹੜਾ ਭਰਤੀ ਹੋਇਆ, ਅਤੇ ਉਹਨਾਂ ਨੇ ਪ੍ਰਵੇਸ਼ਨ ਨੂੰ ਲੈ
ਕੇ ਪ੍ਰੋਬੇਸ਼ਨ ਪੀਰੀਅਡ ਨੂੰ ਲੈ ਕੇ ਮਾਨਯੋਗ ਹਾਈ ਕੋਰਟ ਦੇ ਵਿੱਚ ਇੱਕ ਰਿਟ ਪਟੀਸ਼ਨ ਦਾਇਰ ਕੀਤੀ। ਹਾਈ ਕੋਰਟ ਦੇ ਮਾਨਯੋਗ ਜੱਜ ਨੇ ਗੱਲ ਦੀ ਅਹਿਮੀਅਤ ਨੂੰ ਸਮਝਦੇ ਹੋਏ ਕਿ ਯਾਰ ਇਹ ਜਦੋਂ ਸਰਕਾਰੀ ਤੌਰ 'ਤੇ ਭਰਤੀ ਹੋ ਗਿਆ ਉਸੇ ਲੈਵਲ ਦਾ ਪੁਰਾਣਾ ਭਰਤੀ ਹੋਇਆ ਜਿਹੜਾ ਉਸੇ ਗ੍ਰੇਡ ਦਾ, ਮੰਨੋ ਕਿ ਉਹ 50,000 ਲੈ ਰਿਹਾ ਅਤੇ ਪ੍ਰੋਬੇਸ਼ਨ ਵਾਲਾ ਕਿੰਨਾ ਲੈ ਰਿਹਾ 12,000 ਰੁਪਈਆ। ਹਾਈ ਕੋਰਟ ਨੇ ਪ੍ਰੋਬੇਸ਼ਨਰੀ ਦੇ ਹੱਕ ਦੇ ਵਿੱਚ ਫੈਸਲਾ ਦਿੱਤਾ। ਅਫਸੋਸ ਹੋਇਆ ਮੈਨੂੰ, ਮੈਂ ਮੁੱਖ ਮੰਤਰੀ ਸਾਹਿਬ ਨੂੰ ਚਿੱਠੀ ਲਿਖੀ, ਚੀਫ ਸੈਕਟਰੀ ਨੂੰ ਉਹਦੀ ਕਾਪੀ ਭੇਜੀ ਕਿ ਤੁਸੀਂ ਮਾਨਯੋਗ ਹਾਈ ਕੋਰਟ ਦੇ ਫੈਸਲੇ ਨੂੰ ਅਪੀਲ 'ਚ ਲੈ ਕੇ ਨਾ ਜਾਓ। ਹਾਈ ਕੋਰਟ ਨੇ ਬੜਾ ਸੋਚ ਸਮਝ ਕੇ ਫੈਸਲਾ ਦਿੱਤਾ। ਜਿਹੜੇ ਪ੍ਰੋਬੇਸ਼ਨਰੀ ਆ ਉਹਨਾਂ ਦੇ ਪਰਿਵਾਰਾਂ ਨੂੰ ਦੇਖਦੇ ਹੋਏ, ਬੱਚਿਆਂ ਨੂੰ ਦੇਖਦੇ ਹੋਏ, ਮਹਿੰਗਾਈ ਦੇ ਯੁੱਗ ਨੂੰ ਦੇਖਦੇ ਹੋਏ ਜਿਹੜਾ ਹਾਈ ਕੋਰਟ ਨੇ ਫੈਸਲਾ ਲਿਆ ਵੀ ਅਪੀਲ ਪੰਜਾਬ ਗਵਰਨਮੈਂਟ ਨਾ ਕਰੇ। ਨਹੀਂ ਅਸੀਂ ਇਹ ਪੰਜਾਬ ਵਿਧਾਨ ਸਭਾ ਦੇ ਵਿੱਚ ਮੈਂ ਥੱਲੇ ਇੱਕ ਚੇਤਾਵਨੀ ਰੂਪ ਸਤਿਕਾਰ ਸਾਹਿਬ 'ਤੇ ਵੀ ਲਿਖਿਆ ਕਿ ਅਸੀਂ ਇਸ ਇਸ਼ੂ ਨੂੰ ਪੰਜਾਬ ਵਿਧਾਨ ਸਭਾ ਦੇ ਅੰਦਰ ਉਠਾਵਾਂਗੇ, ਪਰ ਅਪੀਲ ਦੇ ਵਿੱਚ ਸਰਕਾਰ ਚਲੇਗੀ। ਹੁਣ 42,500 ਰੁਪਈਆ ਕਰਤਾ 15,000 ਰੁਪਈਆ ਅਤੇ 20,000 ਰੁਪਈਆ ਕੇਂਦਰ ਤੋਂ ਲੈਂਦੇ ਆ, 5,000 ਰੁਪਈਏ ਦੀ ਵਿੱਚੋਂ ਹੋਰ ਠੱਗੀ ਮਾਰ ਲਈ। ਪਹਿਲੇ 3 ਸਾਲ ਕਹਿੰਦੇ ਪੱਕੇ ਕਰਤਾ, ਕੁੱਟਿਆ ਵੀ ਅਤੇ ਰੋਣ ਵੀ ਨਹੀਂ ਦੇਣਾ, ਕੁੱਟਣਾ ਵੀ ਆ ਅਤੇ ਰੋਣ ਵੀ ਨਹੀਂ ਦੇਣਾ, ਪੱਕੇ ਕਰਤਾ 42,500 ਰੁਪਈਆ ਤਨਖਾਹ, ਘਟਾਉਂਦੇ ਘਟਾਉਂਦੇ 15,000 ਰੁਪਈਏ ਅਤੇ 20,000 ਕੇਂਦਰ ਤੋਂ ਲੈਣਾ, 5,000 ਰੁਪਈਆ ਕੋਲੇ ਰੱਖ ਲਿਆ। ਉਸ ਤੋਂ ਬਾਅਦ ਦੇ ਵਿੱਚ ਫਿਰ ਦੂਜੀ ਤਲਵਾਰ ਆ ਗਈ, ਕਿਉਂਕਿ ਜਿਹੜਾ ਹਾਈ ਕੋਰਟ ਦਾ ਫੈਸਲਾ ਪ੍ਰੋਬੇਸ਼ਨ ਦੇ ਉੱਤੇ ਸੀਗਾ, ਪ੍ਰੋਬੇਸ਼ਨਰੀ ਵਾਸਤੇ ਸੀਗਾ, ਚੰਗਾ ਫੈਸਲਾ ਆਇਆ ਸੀ, ਉਹਦੀ ਸਰਕਾਰ ਨੇ ਅਪੀਲ ਠੋਕੀ ਹੋਈ ਹੈ। ਇਹਨਾਂ ਨੇ ਗਾਏ ਬਗਾਏ ਕੁਛ ਨਾ ਕੁਛ ਆਪਾਂ ਨੂੰ ਸਾਰਾ ਦਿਨੇ ਦੇਖਦੇ ਹਾਂ ਕਿ ਕੈਸੇ ਕੰਮ ਹੋ ਰਹੇ ਆ, ਕੈਸਾ ਕੈਸਾ ਕਈ ਵਾਰੀ ਅਦਾਲਤਾਂ ਦਾ ਰੁੱਖ ਹੋ ਜਾਂਦਾ, ਅਤੇ ਇਹਨਾਂ ਨੇ ਉਹ ਪ੍ਰੋਬੇਸ਼ਨ ਪੀਰੀਅਡ 3 ਸਾਲ ਤੋਂ ਬਾਅਦ ਡੰਡਾ ਉਹਦਾ ਠੁੱਕ ਜਾਣਾ, ਅਤੇ ਟੀਚਰ ਵਿਚਾਰਾ ਜਾਏਗਾ ਕਿੱਥੇ? 15,000 ਰੁਪਈਆ ਤਨਖਾਹ ਮਜ਼ਦੂਰ ਮੰਡੀ ਦੇ ਵਿੱਚ ਖੜਾ, ਅਤੇ ਮੇਰਾ ਖਿਆਲ 5,500 ਰੁਪਈਆ ਉਹਦੀ ਦਿਹਾੜੀ ਹੈਗੀ ਹੈ ਮਜ਼ਦੂਰ ਦੀ, ਇੱਕ ਪੋਸਟ ਗ੍ਰੈਜੂਏਟ ਨਾਲ BEd ਕੀਤੀ ਹੋਈ, ਪੋਸਟ ਗ੍ਰੈਜੂਏਟ ਗ੍ਰੈਜੂਏਟ ਨਾਲ BEd ਕੀਤੀ ਹੋਈ ਅਤੇ ਤਨਖਾਹ ਕਿੰਨੀ? 15,000, ਉਦੋਂ ਬਾਅਦ 'ਚ ਪ੍ਰੋਬੇਸ਼ਨ ਪੀਰੀਅਡ। ਸੋ ਅੱਜ ਸਰਕਾਰ ਕੀ ਮੈਸੇਜ ਦੇਣਾ ਚਾਹੁੰਦੀ? ਇੱਕ ਪਾਸੇ ਵਿੱਤ ਮੰਤਰੀ ਬੜੇ ਵੱਡੇ ਵੱਡੇ ਮਨਪ੍ਰੀਤ ਬਾਦਲ ਜੀ ਗਜ਼ਲਾਂ ਦੇ ਰੂਪ ਦੇ ਵਿੱਚ ਪੰਜਾਬ ਵਿਧਾਨ ਸਭਾ ਦੇ ਅੰਦਰ ਜਾਂ ਜਦੋਂ ਉਹਨਾਂ ਦੀ ਪ੍ਰੈਸ ਕਾਨਫਰੰਸ ਹੁੰਦੀ ਹੈ ਅਤੇ ਗਜ਼ਲਾਂ ਦੇ ਰੂਪ ਦੇ ਵਿੱਚ ਵੀ ਅਸੀਂ 2 ਸਾਲ ਤੱਕ ਜਿਹੜਾ ਸਾਡਾ ਬਜਟ ਹੈਗਾ ਘਾਟੇ ਵਾਲਾ ਉਹ ਅਸੀਂ ਵਾਧੇ 'ਚ ਲੈ ਜਾਵਾਂਗੇ, ਮਤਲਬ ਤੁਸੀਂ ਮੁਰਦੇ ਦਾ ਕੱਫਣ ਲਾਉਣ 'ਤੇ ਤੁਰੇ ਹੋਏ। ਬਜ਼ੁਰਗ ਕਹਿੰਦੇ ਆ ਮੁਰਦੇ ਦਾ ਕੱਫਣ ਲਾਉਣ ਨਾਲ ਮੁਰਦੇ ਦਾ ਵਜਨ ਹਲਕਾ ਨਹੀਂ ਹੁੰਦਾ। ਇੱਕ ਗੱਲ ਯਾਦ ਰੱਖੋ ਕਿ ਇਹ ਟੀਚਰ ਸਾਹਿਬਾਨ ਸਾਡੇ ਨੇਸ਼ਨ ਬਿਲਡਰਸ ਨੇ, ਜੇ ਇਹਨਾਂ ਨੂੰ ਚੰਗਾ ਐਟਮੋਸਫੇਅਰ ਚੰਗੀ ਗੁੱਡ ਸੈਲਰੀ ਹੋਏਗੀ ਦੈਨ ਇਹ ਬੱਚਿਆਂ ਨੂੰ ਇੰਟਰਸਟ ਦੇ ਨਾਲ ਪੜ੍ਹਾਉਣਗੇ। ਅਤੇ ਅੱਜ ਹੋਇਆ ਕੀ ਹੈ, ਦੁੱਖ ਨਿਵਾਰਨ ਸਾਹਿਬ ਦੇ ਕੋਲੇ ਜਾ ਕੇ ਆਪਣੀਆਂ ਹੱਕੀ ਮੰਗਾਂ ਵਾਸਤੇ ਲੋਕਤੰਤਰਿਕ ਤਰੀਕੇ ਦੇ ਨਾਲ ਐਜੂਟੇਸ਼ਨ ਕਰਨਾ ਹਰੇਕ ਭਾਰਤ ਦੇ ਨਾਗਰਿਕ ਦਾ ਅਧਿਕਾਰ ਹੈਗਾ, ਫੰਡਾਮੈਂਟਲ ਰਾਈਟ ਆ। ਅਤੇ ਜਿਹੜੇ ਸਾਡੇ ਟੀਚਰ ਯੂਨੀਅਨ ਦੇ ਆਗੂ ਹੈਗੇ ਆ ਜਿਹੜੇ ਉੱਥੇ ਧਰਨੇ ਦੇ ਉੱਤੇ ਗਏ ਆ, ਉਹ 6 ਮੁਲਾਜ਼ਮ ਟੀਚਰ ਆਗੂ ਸਾਡੇ ਜਿਹੜੇ ਸਸਪੈਂਡ ਕਰਦੇ ਸਰਕਾਰ ਨੇ, ਮਤਲਬ ਕਿ ਅੱਤਿਆਚਾਰ ਦੇ ਨਾਲ ਨਾਲ ਸਰਕਾਰ ਦੇ ਅੰਦਰ ਹੰਕਾਰ ਇਸ ਕਦਰ ਚੱਲਿਆ ਪਿਆ, ਐਡੀ ਸਰਕਾਰ ਹੰਕਾਰੀ ਹੋ ਗਈ ਵੀ ਲਓ ਜਿਹੜਾ ਸਾਡੇ ਨਾਦਰਸ਼ਾਹੀ ਫਰਮਾਨ ਦੇ ਉਲਟ ਕੋਈ ਗੱਲ ਕਰੇਗਾ, ਸਾਡੀ ਲੁੱਟ ਖਸੁੱਟ ਦੇ ਉਲਟ ਕੋਈ ਬੋਲੇਗਾ ਅਤੇ ਉਹਦਾ ਅਸੀਂ ਸਲੂਕ ਇਹ ਕਰਾਂਗੇ ਵੀ ਉਹਨੂੰ ਨੌਕਰੀ ਤੋਂ ਹੱਥ ਧੋਣੇ ਪੈ ਜਾਣਗੇ। ਸੋ ਮੈਂ ਅਧਿਆਪਕ ਸਾਹਿਬਾਨਾਂ ਨੂੰ ਬੇਨਤੀ ਕਰੂੰਗਾ, ਲੋਕ ਇਨਸਾਫ ਪਾਰਟੀ ਹਮੇਸ਼ਾ ਤੁਹਾਡੇ ਨਾਲ ਖੜੀ ਹੈ, ਸਿਮਰਜੀਤ ਸਿੰਘ ਬੈਂਸ ਆਪਣੇ ਸਾਥੀਆਂ ਸਮੇਤ ਤੁਹਾਡੀ ਸਪੋਰਟ 'ਤੇ ਹੈ, ਕਿਉਂਕਿ ਤੁਸੀਂ ਸੱਚਾਈ ਦੇ ਰਸਤੇ 'ਤੇ ਚੱਲਦੇ ਹੋ। ਮੈਨੂੰ ਇਸ ਗੱਲ ਦਾ ਮਾਣ ਹੈ, ਮੈਂ ਦਿਨ ਦੇ ਵਿੱਚ ਬਹੁਤ ਸਾਰੇ ਸਰਕਾਰੀ ਸਕੂਲਾਂ ਦੇ ਫੰਕਸ਼ਨਾਂ 'ਚ ਜਾਂਦਾ, ਕਿਉਂਕਿ ਮੈਂ
ਖੁਦ ਸਰਕਾਰੀ ਸਕੂਲ ਦਾ ਪੜ੍ਹਿਆ, ਮੈਨੂੰ ਤਾਂ ਬੇਤਹਾ ਪਿਆਰ ਹੈਗਾ ਸਰਕਾਰੀ ਸਕੂਲਾਂ ਦੇ ਨਾਲ। ਜਦੋਂ ਸਰਕਾਰੀ ਸਕੂਲਾਂ ਦੀ ਹਾਲਾਤ ਅਤੇ ਟੀਚਰਾਂ ਦੇ ਹਾਲਾਤਾਂ ਬਾਰੇ ਦੇਖਦਾ ਤਾਂ ਮਨ ਦੁਖੀ ਹੁੰਦਾ। ਸੋ ਦੋਸਤੋ, ਮੈਂ ਤੁਹਾਡੇ ਇਸ ਐਜੂਟੇਸ਼ਨ ਨੂੰ ਸਪੋਰਟ ਕਰਦਾ, ਮੈਂ ਪਟਿਆਲੇ ਵੀ ਤੁਹਾਡੇ ਕੋਲ ਹੋ ਕੇ ਜਾਊਂਗਾ, ਅਤੇ ਮੈਂ ਵਾਅਦਾ ਤੁਹਾਡੇ ਨਾਲ ਕਰਦਾ ਵੀ ਅਸੀਂ ਪੰਜਾਬ ਵਿਧਾਨ ਸਭਾ ਦੇ ਅੰਦਰ ਬਹੁਤ ਅੱਛੇ ਤਰੀਕੇ ਦੇ ਨਾਲ ਤੁਹਾਡਾ ਪੱਖ ਰੱਖਾਂਗੇ, ਪਹਿਰਾ ਦਿਆਂਗੇ ਤੁਹਾਡੇ ਪੱਖ 'ਤੇ, ਸਰਕਾਰ ਨੂੰ ਮਜਬੂਰ ਕਰਾਂਗੇ ਵੀ ਜਿਹੜੇ ਨਾਦਰਸ਼ਾਹੀ ਫੈਸਲੇ ਲਏ ਆ ਤੁਸੀਂ, ਇਹ ਸਾਰੇ ਫੈਸਲੇ ਵਾਪਸ ਕਰੋ। ਸੋ ਮੈਂ ਦੋਸਤੋ ਆਸ ਕਰਦਾ, ਭਗਵਾਨ ਦੇ ਘਰ ਦੇਰ ਆ, ਦੇਰ ਨਹੀਂ ਹੈਗਾ। ਜਿਹੜੇ ਅੰਦੋਲਨ ਹੁੰਦੇ ਆ ਨਾ, ਅੰਦੋਲਨ ਵੱਡੇ ਵੱਡੇ ਕਹਿੰਦੇ ਕਹਾਉਂਦੇ ਰਾਜੇ ਮਹਾਰਾਜਿਆਂ ਦੇ ਮਹਿਲਾਂ ਦੇ ਚੁਆਰੇ ਚੱਕਣਾ ਚੂਰ ਕਰ ਦਿੰਦੇ ਆ। ਸੋ ਤੁਹਾਡਾ ਅੰਦੋਲਨ, ਵਾਹਿਗੁਰੂ ਸਾਹਿਬ ਕਿਰਪਾ ਕਰਨ, ਤੁਹਾਡੇ ਅੰਦੋਲਨ ਨੂੰ ਸਫਲਤਾ ਮਿਲੇ, ਤੁਹਾਡਾ ਅੰਦੋਲਨ ਸਫਲ ਹੋਵੇ। ਜਿਹੜੀਆਂ ਹੱਕੀ ਮੰਗਾਂ ਨੂੰ ਲੈ ਕੇ ਤੁਸੀਂ ਇਸ ਅੰਦੋਲਨ ਦੇ ਰਸਤੇ 'ਤੇ ਤੁਰੇ ਹੋ, ਅਸੀਂ ਸਾਰੇ ਇਸ ਅੰਦੋਲਨ ਨੂੰ ਸਪੋਰਟ ਕਰਦੇ ਹਾਂ। ਮੈਂ ਪਟਿਆਲੇ ਵੀ ਤੁਹਾਨੂੰ ਜ਼ਰੂਰ ਮਿਲ ਕੇ ਜਾਊਂਗਾ, ਸਪੋਰਟ ਕਰਕੇ ਜਾਊਂਗਾ, ਹੋਰ ਵੀ ਮੇਰੀ ਔਰ ਮੇਰੇ ਪੂਰੇ ਪੰਜਾਬ ਦੇ ਅੰਦਰ ਲੋਕਨ ਸਾਹਿਬ ਪਾਰਟੀ ਦੇ ਸਾਥੀਆਂ ਦੀ ਜ਼ਰੂਰਤ ਹੋਈ, ਅਸੀਂ ਦਿਨ ਰਾਤ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ। ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ, ਇਨਕਲਾਬ ਜਿੰਦਾਬਾਦ। ਅਧਿਆਪਕਾਂ ਨਾਲ ਪੰਜਾਬ ਸਰਕਾਰ ਦੀ ਬੇਰੁਖੀ ਦੇ ਚਰਚੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੇ ਨੇ। ਇੱਕ ਪਾਸੇ ਅਧਿਆਪਕ ਜਥੇਬੰਦੀਆਂ ਸੜਕਾਂ ਤੇ ਅੰਦੋਲਨ ਕਰ ਰਹੀਆਂ ਨੇ, ਤੇ ਦੂਜੇ ਪਾਸੇ ਸਿਆਸੀ ਆਗੂਆਂ ਵੱਲੋਂ ਮਿਲ ਰਹੀ ਹਮਾਇਤ ਸਰਕਾਰ ਨੂੰ ਫਿਕਰਾਂ ਵਿੱਚ ਪਾ ਰਹੀ ਹੈ। ਬਿਊਰੋ ਰਿਪੋਰਟ, D5 ਚੈਨਲ, ਪੰਜਾਬੀ। ਰੂਹਾਨੀ ਅਤੇ ਕਾਲੇ ਇਲਮ ਦੀ ਮਾਹਿਰ ਬੇਗਮ ਰੁਖਸਾਨਾ ਜੀ, ਇੱਕ ਘੰਟੇ ਦੇ ਵਿੱਚ ਹੱਲ, ਵਸ਼ੀਕਰਨ ਮਾਹਿਰ, ਪਤੀ ਪਤਨੀ ਦੇ ਵਿੱਚ ਅਣਬਣ, ਵਿਦੇਸ਼ ਯਾਤਰਾ ਦੇ ਵਿੱਚ ਰੁਕਾਵਟ, ਵਿਆਹ ਦੇ ਵਿੱਚ ਦੇਰੀ, ਪਿਆਰ ਵਿਆਹ, ਪਿਆਰ ਦੇ ਵਿੱਚ ਧੋਖਾ ਖਾਏ ਪ੍ਰੇਮਿਕਾ ਪ੍ਰੇਮੀ, ਤੁਰੰਤ ਮਿਲੋ, ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗੇ। ਹਰ ਸਮੱਸਿਆ ਦਾ ਹੱਲ 101% ਗਾਰੰਟੀ ਦੇ ਨਾਲ ਕਰਾਂਗੇ। ਕਾਲੇ ਇਲਮ ਦਾ ਸਮਾਧਾਨ ਗਾਰੰਟੀ ਦੇ ਨਾਲ ਕਰਾਓ। ਪੁਰਾਣੇ ਤੋਂ ਪੁਰਾਣਾ ਜਾਦੂ ਜੜ ਤੋਂ ਖਤਮ। ਸੰਪਰਕ ਕਰੋ 97817 71820।